ਵੱਡੀ ਖਬਰ ਸਾਹਮਣੇ ਆ ਰਹੀ ਹੈ ਸ਼ਿਫਤਨਾ ਆਗੂ ਸੰਦੀਪ ਥਾਪਰ ਉਰਫ ਗੋਰਾ ਤੇ ਕੁਝ ਨਿਹੰਗਾ ਦੇ ਵੱਲੋਂ ਹਮਲਾ ਹੈ ਜੋ ਕੀਤਾ ਗਿਆ ਅਣਪਛਾਤੇ ਨਿਹੰਗ ਹੈ ਜੋ ਆਏ ਸੀ ਜਿਨ੍ਹਾਂ ਨੇ ਤੇਜ਼ਧਾਰ ਹਥਿਆਰਾਂ ਦੇ ਨਾਲ ਗੋਰਾ ਤੇ ਹਮਲਾ ਕਰ ਦਿੱਤਾ ਹੈ ਜਿਸ ਵਿੱਚ ਉਹਨਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਹੈ ਕਿ ਸੰਦੀਪ ਦੀ ਹਾਲਤ ਬਹੁਤ ਗੰਭੀਰ ਬਣੀ ਹੈ ਉੱਥੇ ਸਾਹਮਣੇ ਤੋਂ ਬਾਅਦ ਹਿੰਦੂ ਆਗੂਆਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਦੂਜੇ ਪਾਸੇ ਸੰਦੀਪ ਦੇ ਗਨਮੈਨ ਦਾ ਆਰੋਪ ਹੈ ਕਿ ਨਿਹੰਗ ਪਾਣੀ 'ਚ ਹਮਲਾਵਰਾਂ ਨੇ ਉਸ ਤੇ ਰਿਵਾਲਵਰ ਛੀਨਣ ਦੀ ਕੋਸ਼ਿਸ਼ ਕੀਤੀ ਉੱਥੇ ਹੀ ਘਟਨਾ ਸੂਚਨਾ ਮਿਲਦੇ ਪੁਲਿਸ ਮੌਕੇ ਤੇ ਪਹੁੰਚੀ ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਪੀੜਤ ਦੇ ਬਿਆਨ ਦਰਜ ਕਰਕੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਉੱਥੇ ਪੀੜਤ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਚਾਰ ਵਿਅਕਤੀ ਨੇ ਉਸ ਤੇ ਹਮਲਾ ਕੀਤਾ ਪੀੜਤ ਦਾ ਕਹਿਣਾ ਹੈ ਕਿ ਹਮਲਾਵਰ ਇਹ ਕਹਿ ਰਹੇ ਸਨ ਕਿ ਗਰਦਨ ਉਤਾਰ ਦਵਾਂਗੇ ਪੀੜਤ ਨੇ ਪੁਲਿਸ ਕਮਿਸ਼ਨਰ ਤੇ ਗੰਭੀਰ ਆਰੋਪ ਲਗਾਏ ਪੀੜਤ ਦਾ ਆਰੋਪ ਹੈ ਕਿ ਪੁਲਿਸ ਕਮਿਸ਼ਨਰ ਨੇ ਹੀ ਹਮਲਾਵਰ ਭੇਜੇ ਸੀ ਅਤੇ ਉਹ ਪਿਛਲੇ 3 ਮਹੀਨੇ ਤੋਂ ਉਸਦੇ ਪਿੱਛੇ ਪਿਆ ਹੋਇਆ ਹੈ ਉੱਥੇ ਮਾਮਲੇ ਦੀ ਸੂਚਨਾ ਮਿਲਦੇ ਆ ਹਿੰਦੂ ਆਗੂ ਸਿਵਲ ਹਸਪਤਾਲ ਪਹੁੰਚੇ ਤੇ ਉਹਨਾਂ ਨੇ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਹੈ ਸਿਟੀ ਹੋਮ ਨਿਊਜ਼ ਲਈ ਅਮਿਤ ਥਾਪਰ ਦੀ ਰਿਪੋਰਟ ਚਾਰ ਬੰਦੇ ਸੀਗੇ ਜੀ ਉਹ ਕਹਿੰਦੇ ਗਾਟਾ ਲਾ ਦੇ ਗਾਟਾ ਸੀਪੀ ਲੁਧਿਆਣਾ ਇਹ ਉਹਦੇ ਕੀਤੇ ਉਹਨੇ ਹੀ ਬੰਦੇ ਭੇਜੇ ਆ ਇਹ ਜਾਣ ਕੇ ਮੈਨੂੰ ਮਰਵਾਉਣ ਦੀ ਸਾਜ਼ਿਸ਼ ਹੈ ਪਿਛਲੇ 3 ਮਹੀਨੇ ਤੋਂ ਮੇਰੇ ਮਗਰ ਪਿਆ ਹੋਇਆ ਭਾਜੀ ਆ ਮੋਬਾਈਲ ਥੋੜਾ ਪਿੱਛੇ ਕਰ ਲਓ ਜੀ ਮਾੜਾ ਭਾਜੀ ਮੋਬਾਈਲ ਪਿੱਛੇ ਕਰ ਲਓ ਭਾਜੀ ਮੋਬਾਈਲ ਪਿੱਛੇ ਕਰ ਲਓ ਭਾਜੀ ਪਿੱਛੇ ਕਰ ਲਓ ਵਿੱਚ ਕੈਮਰੇ ਦੇ ਆ ਰਹੇ ਆ ਭਾਜੀ ਪਿੱਛੇ ਕਰ ਲਓ ਤੁਹਾਨੂੰ ਕਹਿੰਦਾ ਕੈਮਰੇ 'ਚ ਆ ਰਹੇ ਯਾਰ ਲੇਕਿਨ ਮੈਮ ਮੈਡਮ ਇੱਕ ਛੋਟਾ ਸਵਾਲ ਹੈ ਛੋਟਾ ਸਵਾਲ ਹੈ ਮੈਮ ਜਦੋਂ ਹਮਲਾ ਹੋਇਆ ਕਿੰਨੀ ਵਜੇ ਹੋਇਆ ਸੀਗਾ ਤੇ ਕੋਚ ਉੱਤੇ ਕਿੰਨੇ ਵਜੇ ਪਹੁੰਚ ਗਿਆ ਕਿਉਂਕਿ ਲੋਕ ਉੱਤੇ ਚੱਕਲਾ ਕਿੰਨੇ ਕੁ ਪਰਸੈਂਟ ਉਹ ਕਾਇਲ ਨੇ ਸਰ ਮੈਮ ਕਿਉਂਸ ਦੀ ਜਿਹੜੀ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਜਿਹੜੇ ਕਿਉਂਸ ਹੋਣਗੇ